ਸੋਹਣਿਆਂ ਹੋਣਾ ਜਿਹੜਾ ਲਾਭ ਦੇਖ ਲੈ ਚੁਣ ਕੇ ਤੂੰ ਲੈ ਕੇ ਤਾਂ ਕਿਸੇ ਗੱਲ ਦਾ ਜ਼ਰੂਰ ਕੋਈ ਨਾ हैलो गाइस, मैं हूँ दिल्ली इंटरनेशनल एयरपोर्ट पर पहुँच चुका हाँ तो हूँ इतों आप करानी बोर्डिंग तो प्लीज़ एक गल का ध्यान रखियो क्योंकि करोना रिपोर्ट जी थानू जरूर चाहिए है नाल दो तीन वार थावान पर करोना रिपोर्ट जी चैक करते थोड़ी भी नैगेटिव आ कि पॉजिटिव आ तो नैगेटिव रिपोर्ट जी लैके आनी है तो हूँ आप चलते हैं अगे इमीग्रेसन आप करा ली है तो हूँ आप चलते हैं अपनी फ्लैट लफतानसा एयरलाइन में जी गेट नंबर 19 ते खड़ी हुई है तो आ है कि अंदर का इन का। हेलो फ्रेंड्स, मेरे वालों तो मेरी फैमिली वालों तुहानू सारे नू प्यार भरी सत श्री अकाल। अज का व्लॉग बहुत ही सोहना आ, अज का व्लॉग शुरू करते हैं दिल्ली तो ऑस्ट्रिया ते तुहाडा सारी वीडियो। तो चलो जी आ गए आप हूँ हल्दीराम वालियां दी दुकान ते इन्हां दा ते सारियां नू पता होना जड़े रोज़ आई वार ट्रैवल करदे आ ते आपां इत्थों जिहड़ी मठियाई बच्चों वास्ते लै लैंदे आ क्योंकि समान ज़्यादा सीगा इस करके बाहरों नहीं लई ते आपां इत्थों माड़ा मोटा समान लैके अपने बैग में पा सकते हैं जिहड़ा कि टू टैक्स फ्री आ। इह तुहानू कोई टैक्स नहीं लगता, प्लेन में कोई नहीं पुछता इस बारे। हम आपकी सुखद उड़ान की कामना करते हैं। Meine Damen und Herren, willkommen zum Luftansteigen. Halten Sie bitte Ihre Bordkarte und
ਐਡ ਕਰ ਜਾਣਾ ਹੈ ਅਤੇ ਉਸ ਤੋਂ ਬਾਅਦ ਦਾ ਨਜ਼ਾਰਾ ਹੈਲੋ ਫਰੈਂਡਸ ਅਤੇ ਆਪਾਂ ਹੁਣ ਜਰਮਨ ਪਹੁੰਚਣ ਵਾਲੇ ਹਾਂ ਬਸ ਕੁਛ ਹੀ ਮਿੰਟਾਂ ਵਿੱਚ ਜਰਮਨ ਆਪਾਂ ਲੈਂਡ ਕਰਨਾ ਆ ਅਤੇ ਬਹੁਤ ਹੀ ਵਧੀਆ ਸਫ਼ਰ ਰਿਹਾ 8-9 ਘੰਟੇ ਦਾ ਅਤੇ ਸੋਰੀ ਮੈਂ ਇਸ ਵੀਡੀਓ ਵਿੱਚ ਆਪ ਨਹੀਂ ਬੋਲਿਆ ਕਿਉਂਕਿ ਗਲਾ ਖਰਾਬ ਸੀਗਾ ਇਸ ਕਰਕੇ ਥੋੜ੍ਹੀ ਦਿੱਕਤ ਆ ਰਹੀ ਸੀ ਮੈਨੂੰ ਅਤੇ ਫਿਰ ਵੀ ਸਫ਼ਰ ਬਹੁਤ ਹੀ ਸੋਹਣਾ ਰਿਹਾ ਕਿਉਂਕਿ ਰਾਤ 2:50 'ਤੇ ਫਲੈਟ ਇੰਡੀਆ ਤੋਂ ਉੱਡੀ ਸੀਗੀ ਅਤੇ ਸਵੇਰੇ 10 ਵਜੇ ਤੋਂ ਬਾਅਦ ਇਹ ਫਲੈਟ ਜਿਹੜੀ ਹੈ ਇਹ ਆਪਣਾ ਜਰਮਨ ਫਰੈਂਕਫਰਟ ਏਅਰਪੋਰਟ 'ਤੇ ਲੱਗ ਗਈ ਅਤੇ ਹੁਣ ਇਸ ਤੋਂ ਬਾਅਦ ਆਪਾਂ ਆਸਟਰੀਆ ਨੂੰ ਜਾਣਾ ਮੇਰੀ 2 ਘੰਟੇ ਦੀ ਸਟੇਅ ਆ ਅਤੇ 2 ਘੰਟੇ ਦੀ ਸਟੇਅ ਤੋਂ ਬਾਅਦ ਆਪਾਂ ਆਸਟਰੀਅਨ ਏਅਰਲਾਈਨ ਦੇ ਵਿੱਚ ਆਪਾਂ ਆਪਣੀ ਕੰਟਰੀ ਵਿਆਨਾ ਨੂੰ ਜਾਣਾ ਆ ਅਤੇ ਬਾਕੀ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਮੈਂਟ ਅਤੇ ਲਾਈਕ ਜ਼ਰੂਰ ਕਰਿਓ ਅਤੇ ਥੈਂਕ ਯੂ ਬਹੁਤ ਪਰਮਾਤਮਾ ਦਾ ਜਿਨ੍ਹਾਂ ਨੇ ਸਹੀ ਸਲਾਮਤ ਜਰਮਨ If you wish to set your watches to the local time here in Frankfurt, it is now 7:30 a.m. We now... ਅਤੇ ਹੁਣ ਅਸੀਂ ਆ ਗਏ ਜਰਮਨ ਇਮੀਗ੍ਰੇਸ਼ਨ ਕੋਲ ਜਿੱਥੇ ਇਹਨਾਂ ਨੇ ਆਪਣੇ ਪਾਸਪੋਰਟ ਵੀਜ਼ਾ ਡਾਕੂਮੈਂਟਸ ਜੋ ਵੀ ਤੁਹਾਡੇ ਕੋਲ ਆ ਚੈੱਕ ਕਰਨੇ ਆ ਅਤੇ ਕਿਉਂਕਿ ਮੇਰੀ ਜਿਹੜੀ ਇਮੀਗ੍ਰੇਸ਼ਨ ਆ ਉਹ ਜਰਮਨ ਤਾਂ ਹੋਣੀ ਆ ਕਿਉਂਕਿ ਮੈਂ ਯੂਰਪ ਦੇ ਵਿੱਚ ਜਰਮਨ 'ਚ ਐਂਟਰੀ ਕੀਤੀ ਆ ਅੱਗੇ ਮੇਰੀ ਡੋਮੈਸਟਿਕ ਜਿਹੜੀ ਫਲੈਟ ਆ ਉਹਦੇ ਵਿੱਚ ਇਮੀਗ੍ਰੇਸ਼ਨ ਨਹੀਂ ਹੁੰਦੀ ਕਿਉਂਕਿ ਤੁਸੀਂ ਯੂਰਪ ਟੂ ਯੂਰਪ ਟਰੈਵਲ ਕਰ ਰਹੇ ਹੋ ਅਤੇ ਇਸ ਕਰਕੇ ਇੱਥੇ ਮੇਰੀ ਇਮੀਗ੍ਰੇਸ਼ਨ ਹੋਣੀ ਆ ਤਾਂ ਚਲੋ ਫਰੈਂਡ ਅੱਜ ਦੀ ਵੀਡੀਓ ਇੰਨੀ ਕੁ ਅਤੇ ਪਲੀਜ਼ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਮਿਲਾਂਗੇ ਕਿਸੇ ਅਗਲੇ ਵਲੋਗ ਦੇ ਵਿੱਚ ਕਿਸੇ ਹੋਰ ਟੌਪਿਕ ਦੇ ਉੱਤੇ ਅਤੇ ਹੁਣ ਮੈਂ ਜਾ ਰਿਹਾ ਆਪਣੀ ਕੰਟਰੀ ਨੂੰ ਲੈਂਡ ਹੋਣ ਅਤੇ ਆਪਣਾ ਲੈ ਲਈਏ ਬੈਗ ਅਤੇ ਉਹ ਚੱਲਦੇ ਹਾਂ ਬਾਏ ਗਾਇਜ਼।